ਯਾ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਵਾਪਰਿਆ ਕਹਿਰ ਨੌਜਵਾਨ ਕੁੜੀ ਨੂੰ ਮਿਲੀ ਇਸ ਤਰ੍ਹਾਂ ਮੌਤ ਸ਼ਾਈ ਸੋਗ ਦੀ ਲਹਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੂਰੀ ਖਬਰ ਵੀਡੀਓ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਇੱਕ ਸੜਕੀ ਹਾਦਸਾ ਪੰਜਾਬ ਦੇ ਵਿੱਚ ਵਾਪਰਿਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਅਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਆ ਜੀ ਭੀਖੀ ਤੋਂ ਇਹ ਕੜਨਾ ਜਿਹੜੀ ਵਾਪਰੀ ਆ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ 30 ਸਾਲਾਂ ਦੀ ਲੜਕੀ ਨੂੰ ਮੌਤ ਮਿਲ ਗਈ ਆ ਜਦਕਿ ਉਸ ਦੀ ਮਾਤਾ ਜੀ ਬੇਹੱਦ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਦੱਸਣਾ ਬਣਦਾ ਹੈ ਕਿ ਦੋਨੋਂ ਮਾਵਾਂ ਧੀਆਂ ਆਪਣੀ ਐਕਟਵਾ ਤੇ ਸਵਾਰ ਹੋ ਕੇ ਮਾਨਸਾ ਤੋਂ ਭੀਖੀ ਆ ਰਹੀਆਂ ਸਨ ਜਦ ਇਹ ਹਾਦਸਾ ਵਾਪਰਿਆ ਤੁਹਾਡੇ ਫੋਨ ਦੀ ਡਿਸਪਲੇ ਦੇ ਉੱਪਰ ਲੜਕੀ ਦੀ ਫੋਟੋ ਆ ਜੀ ਇਹ ਲੜਕੀ ਜਿਹੜਾ ਆਪਣੀ ਐਕਟਵਾ ਚਲਾ ਰਹੀ ਸੀ ਇਹਨਾਂ ਦੀ ਮਾਂ ਜਿਹੜੀ ਨਾਲ ਸਵਾਰ ਸੀ ਰਸਤੇ ਦੇ ਵਿੱਚ ਉਹਨਾਂ ਨੇ ਆਪਣੀ ਸਕੂਟਰੀ ਦੀ ਬ੍ਰੇਕ ਮਾਰੀ ਤਾਂ ਅਚਾਨਕ ਥੱਲੇ ਡਿੱਗ ਗਈਆਂ ਇਸੇ ਦੌਰਾਨ ਪਿੱਛੋਂ ਆ ਰਹੀ ਟਰੈਕਟਰ ਟਰਾਲੀ ਦੇ ਹੇਠਾਂ 30 ਸਾਲਾਂ ਨੌਜਵਾਨ ਕੁੜੀ ਦਾ ਸਿਰ ਆ ਗਿਆ ਤੇ ਥੋੜੀ ਦੇਰ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ ਇਸ ਘਟਨਾ ਦੇ ਵਿੱਚ ਮ੍ਰਿਤਕ ਲੜਕੀ ਦੀ ਮਾਤਾ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਦੇ ਲਈ ਪ੍ਰਤੀ ਕਰਵਾਇਆ ਗਿਆ ਉਸ ਨੂੰ ਪਹਿਲਾ ਮਾਨਸਾ ਪ੍ਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਪਟਿਆਲੇ ਰੈਫਰ ਕਰ ਦਿੱਤਾ ਗਿਆ ਮ੍ਰਿਤਕਾ ਆਪਣੇ ਪਿੱਛੇ 7 ਸਾਲਾਂ ਦਾ ਬੱਚਾ ਛੱਡ ਗਈ ਆ ਵੱਡੀ ਦੁਖਦਾਈ ਖਬਰ ਆ ਦੋਸਤੋ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਜ਼ਿਕਰਯੋਗ ਹੈ ਕਿ ਮ੍ਰਿਤਕਾ ਦਾ ਵਿਆਹ ਜਿਹੜਾ ਉਹ ਕਕਰਾਲਾ ਵਿੱਚ ਹੋਇਆ ਸੀ ਉਸ ਦੇ ਕਰ ਇੱਕ ਬੱਚਾ ਵੀ ਸੀ ਫਿਲਹਾਲ ਬੱਚਾ ਹੁਣ ਬਿਨਾ ਮਾਂ ਦੇ ਹੋ ਗਿਆ ਏ ਸੋ ਦੁਖਦਾਈ ਖਬਰ ਆ ਜੀ ਪਰਿਵਾਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਦੌੜ ਚੁੱਕੀ ਆ ਇਲਾਕੇ ਦੇ ਵਿੱਚ ਵੀ ਮਾਹੌਲ ਗਮਗੀਨ ਹੋ ਗਿਆ ਪੁਲਿਸ ਆਪਣੇ ਪੱਧਰ ਤੇ ਜਾਂਚ ਪੜਤਾਲ ਕਰ ਰਹੀ ਆ ਬੇਹੱਦ ਭਿਆਨਕ ਘਟਨਾ ਵਾਪਰੀ ਆ ਜਿਸ ਦੇ ਵਿੱਚ ਇੱਕ ਜਾਨ ਚਲੀ ਗਈ ਆ ਇੱਕ ਜਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਆ ਦੁਖਦਾਈ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਆ